वाहेगुरु जी का खालसा, वाहेगुरु जी की फतेह। मैं तुहाडा अपना परमजीत सिंह स्वागत आ जी आया नूं सारिआं दा नवीं वीडियो दे विच। अज आपां खड़े आ जी गवर्नमेंट सीनियर सैकेंडरी स्मार्ट स्कूल जमशेर खास, ते अज दा प्रोग्राम कुछ खास आ। स्पोर्ट्स मीट हो रही आ जी स्कूल विखे, ਅਤੇ ਉਹਦੇ ਲਈ ਚਾਰ ਹਾਊਸ ਇੱਥੇ ਦੇ ਬਣੇ ਹੋਏ ਜਿਹੜੇ ਸਕੂਲ ਦੇ, ਉਹਨਾਂ ਦਾ ਆਪਸੀ ਮੁਕਾਬਲਾ ਹੋਊਗਾ ਖੇਡਾਂ ਦਾ, ਅਤੇ ਉਹਦੀ ਸ਼ੁਰੂਆਤ ਆ ਤੁਹਾਨੂੰ ਦਿਖਾਉਂਦੇ ਹਾਂ ਅੱਜ। ये बच्चों ने रंगोली बनाई है जी वेलकम दी, तो बहुत सोहनी आ, कारागरी की हुई है। साढ़े को चीफ गैसट पहुंचे ने मार्क फेस्ट तो साढ़े बड़े वीर मंगल सिंह चेयरमैन नाल, खेड़े पिंड तो सूबेदार दविंदर सिंह जी जो स्पैशल एन आर आई बाहरों आए हैं, तो बच्चे का स्वागत कर रहे हैं बैंड बाजे के नाल। मार्कफेड तो साढ़े वे वीर चेयरमैन मंगल सिंह पहुंचे ने, सरदार जोगिंदर सिंह सूबेदार जो बाहरों साढ़े को स्पैशल हर साल आते हैं स्कूल की सेवा करने ही, तो नाल साढ़े प्रिंसीपल साहब अशोक बसरा जी जो इन्हों बाहर ग्राउंड तक लेके जा रहे थे। सल्यूट सल्यूट। ਬੜੇ ਸੋਹਣੇ ਤਰੀਕੇ ਦੇ ਨਾਲ ਸਵਾਗਤ ਹੋ ਰਿਹਾ ਆ ਚੀਫ ਗੈਸਟ ਦਾ, ਜਿਹੜੇ ਆਏ ਆ ਇਸ ਐਨੂਅਲ ਫੰਕਸ਼ਨ ਨੂੰ ਸ਼ੁਰੂ ਕਰਵਾਉਣ ਦੇ ਲਈ। चार हाउस बने ने, डॉक्टर अंबेडकर हाउस, शहीद भगत सिंह जी हाउस, डॉक्टर ए पी जे अब्दुल कलाम जी हाउस, ते मदर टेरेसा दा हाउस जो नाम ते रखे हुए ने। इन्हां दा एनुअल स्पोर्ट्स मीट आ जी स्कूल वालों करा रहे आ। अज दे मुख मेहमान सरदार मंगल सिंह बासी जी, चेयरमैन पंजाब एग्रो एक्सपोर्ट, पंजाब सरकार, इन्हां दे नाल सूबेदार सरदार जोगिंदर सिंह खेरगिल जी, अते सरदार ने शमिंदर कौर एन आर आई कनेडा, चेयरमैन श्रीमती रेखा, श्रीमती अमनजोत,
क्योंकि इन्हों का प्रोग्राम दो महीने पहला बनता सीगा
ਵੀ ਜਦੋਂ ਤੁਸੀਂ ਆਓਗੇ ਅਸੀਂ ਉਦੋਂ ਹੀ ਸਪੋਰਟਸ ਮੀਟ ਕਰਾਣੀ ਹੈ। ਇਹਨਾਂ ਦਾ ਬੜਾ ਅਸ਼ੀਰਵਾਦ ਆ, ਵੱਡੇ ਲੱਖਾਂ ਰੁਪਈਆ ਸਾਡੇ ਸਕੂਲ ਦੇ ਪਿਛਲੇ ਸਾਲਾਂ ਦੇ ਬੱਚੇ ਨੇ ਖਰਚ ਕੀਤਾ ਔਰ ਹਰੇਕ ਵਾਰੀ ਪਿੰਡ ਤੋਂ ਵੀ ਵੱਧ ਕੇ ਤੁਹਾਨੂੰ ਅਸ਼ੀਰਵਾਦ ਦੇਣ ਆਉਂਦੇ ਆ। ਚੇਚੇ ਤੌਰ ਤੇ ਕੈਨੇਡਾ ਤੋਂ ਸਾਰਾ ਪਰਿਵਾਰ ਬੜਾ ਸਮਰਪਿਤ ਆ ਸਕੂਲ ਦੇ ਲਈ, ਬੜੇ ਖੁਸ਼ ਹੁੰਦੇ ਆ। ਗੱਲਬਾਤ ਵੀ ਚੱਲਦੀ ਰਹਿੰਦੀ ਆ, ਬਹੁਤ ਸੇਧ ਜਿਹੜੀ ਹੈ ਇਨਸਾਨੀਅਤ ਨੂੰ ਦੇ ਰਿਹਾ, ਬਹੁਤ ਵੱਡਾ ਯੋਗਦਾਨ ਸਕੂਲ ਲਈ ਵੀ, ਪਿੰਡ ਲਈ ਵੀ, ਪੂਰੀ ਕਮਿਊਨਿਟੀ ਦੇ ਲਈ। ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਕੂਲ ਦੇ ਵਿਹੜੇ ਵਿੱਚ ਔਰ ਮਾਨਯੋਗ ਚੇਅਰਮੈਨ ਸਾਹਿਬ ਇਹਨਾਂ ਨੂੰ ਵੀ ਆਨ ਦੀ ਸਪੋਰਟ ਰਿਕੁਐਸਟ ਕੀਤੀ ਹੈ। ਬੜਾ ਮਾਣ ਹੈ ਸਰ ਜਦੋਂ ਵੀ ਤੁਹਾਨੂੰ ਰਿਕੁਐਸਟ ਕਰਦੇ ਹਾਂ, ਫਿਰ ਰੁਝੇਵਾਂ ਦੇ ਵਿੱਚੋਂ ਅੱਜ ਵੀ ਬੜਾ ਰੁਝੇਵਾਂ ਸੀਗਾ ਇਹਨਾਂ ਦਾ। 11 ਵਜੇ ਇਹਨਾਂ ਦਾ ਬਹੁਤ ਇੰਪੋਰਟੈਂਟ ਅੰਗੇਜਮੈਂਟ ਹੈਗੀਆਂ ਸੀਗੀਆਂ, ਮੋਰਨਿੰਗ ਹੀ ਬੇਨਤੀ ਕੀਤੀ ਵੀ ਸਰ ਬੱਚਿਆਂ ਨੂੰ ਆਸ਼ੀਰਵਾਦ ਦੇ ਕੇ ਜਾਓ। ਇਸ ਕਰਕੇ ਅਚੇਚੇ ਤੌਰ 'ਤੇ ਵੀ ਇਹ ਪਹੁੰਚੇ ਹੈ ਤਾਂ ਮੈਂ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਔਰ ਆਸ ਕਰਦਾ ਵੀ ਸਾਡੇ ਇਹ ਜਿਹੜੇ ਈਵੈਂਟ ਹੋਣ ਜਾ ਰਹੇ ਆ ਬੱਚਿਆਂ ਨੂੰ ਮੋਟੀਵੇਸ਼ਨ ਉਹ ਬਹੁਤ ਸਾਰੀਆਂ ਚੀਜ਼ਾਂ ਦੇ ਲਈ, ਪੜ੍ਹਨ ਦੇ ਲਈ, ਇਹ ਸਪੋਰਟਸ ਦੇ ਲਈ ਮੋਟੀਵੇਸ਼ਨ ਮਿਲੇਗੀ। ਇਸ ਕਰਕੇ ਸਾਡੇ ਸਕੂਲ ਦੇ ਵਿੱਚ ਜਿੰਨੀਆਂ ਡਿਗਨੈਟਰੀ ਆਈਆਂ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਸਰ। ਥੈਂਕ ਯੂ ਵੈਰੀ ਮਚ। ਇਹ ਸਨ ਸਕੂਲ ਦੇ ਪ੍ਰਿੰਸੀਪਲ ਸਟੇਟਵਾਦੀ ਸ਼੍ਰੀ ਅਸ਼ੋਕ ਕੁਮਾਰ ਬਸਰਾ ਜੀ। ਇਹਨਾਂ ਤੋਂ ਬਾਅਦ ਅਸੀਂ ਬੈਲੂਨ ਸੈਰਾਮਨੀ ਅਦਾ ਕਰਾਂਗੇ, ਉਹਦੇ ਲਈ ਮੈਂ ਬੇਨਤੀ ਕਰਾਂਗੀ ਸੂਬੇਦਾਰ ਸਰਦਾਰ ਜੋਗਿੰਦਰ ਸਿੰਘ ਸ਼ੇਰਗਿੱਲ ਜੀ ਨੂੰ ਕਿ ਮੰਚ ਤੇ ਆਉਣ ਤਾਂ ਜੋ ਅਸੀਂ ਬੈਲੂਨ ਦੀ ਸੈਰਾਮਨੀ ਕਰ ਸਕੀਏ। ਜ਼ੋਰਦਾਰ ਤਾੜੀਆਂ ਸੂਬੇਦਾਰ ਸਰਦਾਰ ਜੋਗਿੰਦਰ ਸਿੰਘ ਸ਼ੇਰਗਿੱਲ ਜੀ ਅਤੇ ਉਹਨਾਂ ਦੇ ਨਾਲ ਸਰਦਾਰ NRI ਕੈਨੇਡਾ। ਇਹ ਗੁਬਾਰੇ ਪ੍ਰਤੀਕ ਨੇ ਕਿ ਜਿਸ ਤਰ੍ਹਾਂ ਇਹ ਉਚਾਈਆਂ ਵੱਲ ਨੂੰ ਜਾ ਰਹੇ ਨੇ, ਇਸੇ ਤਰ੍ਹਾਂ ਹੀ ਸਕੂਲ ਦਾ ਵਿਕਾਸ ਵੀ ਉਚਾਈਆਂ ਵੱਲ ਨੂੰ ਜਾਵੇਗਾ। ਸੁਰਦਾਰ ਤਾੜੀਆਂ, ਬੈਲੂਨ ਸੈਰਾਮਾਨੀ ਦੀ ਰਸਮ ਅਦਾ ਹੋਈ ਹੈ ਤੁਹਾਡੇ ਸਾਹਮਣੇ। ਹਾਂਜੀ, ਇਹਨਾਂ ਤੋਂ ਬਾਅਦ ਬਹੁਤ ਬਹੁਤ ਸ਼ੁਕਰੀਆ ਪਾੜੀਆਂ ਦਾ। ਬਹੁਤ ਬਹੁਤ ਸ਼ੁਕਰੀਆ ਸਰ। ਹਾਂਜੀ, ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਖੇਡਾਂ ਦੀਆਂ ਬਹੁਤ ਸਾਰੀਆਂ ਪ੍ਰਾਪਤੀਆਂ ਰਹੀਆਂ ਨੇ ਅਤੇ ਉਹਨਾਂ ਪ੍ਰਾਪਤੀਆਂ ਨੂੰ ਇੱਕ ਪੇਜ ਤੇ ਰਿਪੋਰਟ ਦੇ ਰੂਪ ਦੇ ਵਿੱਚ ਤੁਹਾਡੇ ਸਾਹਮਣੇ ਰੱਖਣ ਜਾ ਰਹੇ ਹਾਂ। ਸਾਲਾਨਾ ਖੇਡ ਰਿਪੋਰਟ 2022-23 ਖਿਡਾਰੀਆਂ ਨੇ ਵੱਖ ਵੱਖ ਖੇਡਾਂ ਵਿੱਚ ਭਾਗ ਲਿਆ ਅਤੇ ਜਿੱਤਾਂ ਪ੍ਰਾਪਤ ਕਰਕੇ ਸਟੇਟ ਪੱਧਰ ਤੱਕ ਸਕੂਲ ਦਾ ਨਾਮ ਰੋਸ਼ਨ ਕੀਤਾ। ਇਸ ਸਾਲ ਦੌਰਾਨ ਸਕੂਲ ਦੇ ਪ੍ਰਿੰਸੀਪਲ ਸਟੇਟ ਅਵਾਰਡੀ ਸ਼੍ਰੀ ਅਸ਼ੋਕ ਕੁਮਾਰ ਬਸਰਾ ਜੀ ਦੀ ਅਗਵਾਹੀ ਹੇਠ ਸਕੂਲ ਦੀਆਂ 11 ਟੀਮਾਂ ਅੰਡਰ 19, ਅੰਡਰ 17, ਅੰਡਰ 40 ਸਾਫਟਬਾਲ, ਅੰਡਰ 19, ਅੰਡਰ 14 ਫੁੱਟਬਾਲ, ਅੰਡਰ 19 ਪੰਜਾਬ ਸਟਾਈਲ ਕਬੱਡੀ, ਅੰਡਰ 19 ਬੈਡਮਿੰਟਨ ਗਰਲਸ, ਅੰਡਰ 17 ਯੋਗਾ ਅਤੇ ਅਥਲੈਟਿਕ ਦੀਆਂ ਟੀਮਾਂ ਨੇ ਜ਼ੋਨਲ ਪੱਧਰ ਤੋਂ ਲੈ ਕੇ ਸਟੇਟ ਪੱਧਰ ਤੱਕ ਜਿੱਤਾਂ ਹਾਸਲ ਕੀਤੀਆਂ। ਇਸ ਸਾਲ ਕੁਝ 118 ਖਿਡਾਰੀਆਂ ਨੇ ਜ਼ੋਨ ਪੱਧਰ ਤੇ ਭਾਗੀਦਾਰੀ ਲਈ, ਜਿਨ੍ਹਾਂ ਵਿੱਚੋਂ 66 ਖਿਡਾਰੀ ਜ਼ਿਲ੍ਹਾ ਪੱਧਰ ਤੇ ਖੇਡੇ ਅਤੇ 12 ਖਿਡਾਰੀਆਂ ਦੀ ਚੋਣ ਸਟੇਟ ਪੱਧਰ ਲਈ ਹੋਈ। ਜੇਕਰ ਟੀਮਾਂ ਅਨੁਸਾਰ ਖਿਡਾਰੀਆਂ ਦੀ ਪ੍ਰਾਪਤੀ ਦੀ ਗੱਲ ਕਰੀਏ ਤਾਂ ਜ਼ੋਨਲ ਪੱਧਰ ਦੇ ਅੰਡਰ 19 ਫੁੱਟਬਾਲ ਟੀਮ ਦਾ ਪਹਿਲਾ ਸਥਾਨ ਰਿਹਾ ਅਤੇ ਇਸੇ ਟੀਮ ਨੇ ਡਿਸਟ੍ਰਿਕਟ ਦੇ ਵਿੱਚ ਵੀ NRI ਜੋਗਿੰਦਰ ਸਿੰਘ ਸ਼ੇਰਗਿੱਲ ਤੇ ਉਹਨਾਂ ਦੀ ਫੈਮਿਲੀ, ਪਰਵੀਨ ਸਿੰਘ ਗੁਰਾਇਆ, ਬਹਾਦਰ ਸਿੰਘ, ਪਰਮਜੀਤ ਜੀ ਔਰ ਸਾਡੇ ਬਹੁਤ ਹੀ ਪਿਆਰੇ ਅਸ਼ੋਕ ਬਸਰਾ ਜੀ, ਅੱਜ ਆਪਾਂ ਇੱਥੇ ਸਪੋਰਟਸ ਮੀਟ ਜੋ ਕਿ ਹਰ ਸਾਲਾਨਾ ਅਸ਼ੋਕ ਬਸਰਾ ਜੀ ਕਰਵਾਉਂਦੇ ਨੇ ਉਹਨਾਂ ਦੇ ਲਈ ਇਕੱਠੇ ਹੋਏ ਹਾਂ।
एक गल मैं थोड़ा कहनी चाहना, जे थोड़ा गुरु सही हो चंगा हो प्लेयर या पढ़ाई दे विच तुसी कदे पिछे नहीं रह सकते। अशोक जी के चंगे कामों देखते हुए इस साल 26 जनवरी को राजपाल जी ने, जो पंजाब के राजपाल ने, उन्होंने इन्हों सम्मानित किया अशोक बसरा जी ने जोरदार ताड़िया जी, धन्यवाद जी। मैं अशोक बसरा जी ना ऑफिस बैठा गल करता सी कि जो भी थानू नीड सौन जो भी जरूरत है वो सानू लिख के दौ, असी सरकार वालों पूरी कोशिश करांगे उन्होंने पूरिया करने। साढ़े मुख्यमंत्री भगवंत सिंह मान जी का एक टीचा है कि शाम को 5 बजे तो बाद जिन्हें भी खिलाड़ी जिन्हें भी पिंड के न्याणे बच्चे आ वो ग्राउंड के विच होण, तां ही असी इस नशियां नू ठल पा सकते हैं। जे बच्चे ग्राउंड के विच खेडां खेडण, असी इस ते बहुत अच्छा काम कर रहे हैं। इस साल जो असी खेडां शुरुआत कही खेडां वतन पंजाब दीआं, उहदे विच सानू बहुत भरमा हुंगारा मिलिया। बाकी अशोक जी बहुत मेहनत कर रहे ने, इन्हां दा नां सिर्फ जमशेर दे विच ही नहीं बल्कि पूरे पंजाब दे विच बड़े सम्मान दे नाल लिया जांदा है। हुण मैं आई डिक्लेयर द एनुअल एथलेटिक मीट फॉर सीजन 2022-23 गवर्नमेंट सीनियर सेकेंडरी स्कूल जमशेर खास बॉयज ओपन, कामयाब होवो, अगे वधो। सर पंजाब सरकार असी सारे थोड़े नाल आ जी, थैंक यू, धन्यवाद। देना चाहते हैं इन्हों का जी आया और सम्मान चिन्ह देना चाहते हैं, तो असी बेनती करांगे कि सब तो पहला साढ़े चीफ गेस्ट सरदार मंगल सिंह बासी जी, चेयरमैन पंजाब एग्रो एक्सपोर्ट पंजाब सरकार, इन्हों सम्मान चिन्ह दिता जाए। स्टाफ मैंबर अगे आ जाए, सर प्लीज। जोरदार ताड़ियां। ये वो शख्सियत ने जो बहुत ही वडमुला समा कढ के बेटा पहुँच दिया ने, इन्हां कोल जो जिंदगी का एक्सपीरियंस है वो इन्हां दियां गल्लां तो ही असीं सीख सकते हैं। जोरदार ताड़ियां लगाओ। इन्हां तो बाद सुबह जोगिंदर सिंह शेरगिल जी, सरदारनी शमिंदर कौर NRI कनेडा, इन्हां दा भी बहुत जोश के नाल भजदे हुए चारों पासों से खिलाड़ी, बच्चों का जोश इन्हां दी स्पीड दसदी है कि ये बच्चे गॉड गिफ्टेड दे नाल ट्रेंड भी ने। बहुत वधिया रेस रही, बहुत बहुत शुक्रिया। सौ मीटर कुड़िया भी दौड़ रही, लो जी फास्ट आ गई कुड़ी, बड़ी खुशी हो रही है उन्हें। सारे जने वीडियो लाइक ते शेयर जरूर करो, ते इस चैनल नू सब्सक्राइब करना ना भुल्यो।